अस्सलाम वालेकुम जी, कैसे हैं साहब? तीन दिन नहीं, 5-6 दिन हो गए हैं। मैं शैम्पू की बोतल का डिजाइन सिलेक्ट कर रहा, मेरे को नहीं हो रहा। हूँ तुम इधर इधर फ्रेम दिखाई, इधर दिखाई, यह देखो ए, मैं सारे बनाए हैं। ठीक है जी, मैं तुम्हें कला कला दिखा वा भाई जी, तुम मैं दसना वा कि डिजाइन शैम्पू की बोतल का सही होएगा। ठीक है जी, सब तो पहले ओके देख लिया, एक दूजा दूसरा डिजाइन, पहला आ सी दूजा। ठीक है जी, हले सादे कागज से प्रिंट कराया, इनू हले असी वो चमक वाले से करा वा, दो हो गए जी। अच्छा ए एक नंबर, ए दो नंबर, नंबर याद रखने, तुम थले नंबर लिखने ने कि दो नंबर, तीन ए एक नंबर, ए दो नंबर। ठीक है जी, तीन नंबर, ओके एक नंबर, दो नंबर, तीन नंबर, ओके चार नंबर, ओके चार नंबर, पांच नंबर, टैं 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 टैं, पांच नंबर, छे नंबर, ढक्कने का ब्लैक हो जाना, ये ढक्कन ढक्कन आ जाएगा उत्ते जेन च रखना, इन्ना देखो तुसी। ठीक है जी, छे नंबर, ये होर भी डिजाइन बता हूं, ओके हो गया, छे नंबर, सात नंबर, डिजाइन वो ही आ जरा स्टाइल का फर्क आ, सात नंबर देख लिया, सात नंबर, लास्ट एंड जड़ा यानी के आठ नंबर। अब ढक्कन इस हरे ढक्कन ग्रीन है ना, ब्लैक ढक्कन आएगा, जरा इमेजिन करो ब्लैक ढक्कन जो इतने आएगा सर, टैं 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 टैं, आठ नंबर, आठ नंबर है। ठीक है जी, ओके बस थले नंबर लिख दियो, एक नंबर, दो नंबर, तीन नंबर, चार नंबर, पांच नंबर, छे नंबर, सात नंबर, आठ नंबर, ऐदा ही मैं रखिया ना, देख के मैं दसना, मैं भी नंबर लाए है थले। ठीक है ना, देखो तो मैं तुम दस देना वा, तो मैं फिर जरा ना उन्होंने फाइनल कर लूँगा, फाइनल फिर भी मैं अपनी मर्जी नहीं करना वा, या दिन रखना, लेकिन तुम जो गए वो ही मैं अपनी मर्जी ने फाइनल कर लाँगा, इन टेंशन नहीं लैनी, क्योंकि मज़ा तो आता कि जो तुम कहो वो ही मैं अपनी मर्जी ने फाइनल करा। आहा, ये कोई गल नहीं भी तुसी कह दो आ ते मैं कोई होर फाइनल कर लवा, ये कोई मुहब्बत नहीं, मुहब्बत यही आ कि जिते तुसी सब तो ज्यादा कमेंट कर दियो कि भी जानी भाई ए अठ नंबर या सत्त या छे या दो तीन एक इन्हां चों ए फाइनल कर दियो, ते मैं दूजी गल ना करा ते मैं अपनी मर्जी ना जिहड़ा अच्छा लगदा कर लवा, ए ही असल मुहब्बत हुंदी, क्यों जी ए ही हुंदी ना। अच्छा होर हुण एक होर कर दे, फैसल उरे आ, फैसल इत्थे आ, फैसल तू गैस कर के वाम नूं किहड़ा पसंद आएगा, ਐ ਨਹੀਂ ਓਕੇ ਐ ਅਭੀ ਨਹੀਂ ਮੇਰੇ ਨੰਬਰ ਖਰਾਬ ਹੋ ਗਏ ਆ, ਇੱਕ ਦੋ ਤਿੰਨ ਚਾਰ, ਇੱਕ ਤੋਂ ਸ਼ੁਰੂ ਨੇ, ਐ ਨਹੀਂ ਆ ਨਹੀਂ ਪਸੰਦ ਆਣਾ, ਐ ਨਹੀਂ ਹੋਣਾ, ਇੱਕ ਨੰਬਰ, ਐ ਅਭੀ ਨਹੀਂ ਆਣਾ, ਐ ਵੀ ਨਹੀਂ ਆਣਾ,
ਦੋ ਨੰਬਰ ਤਿੰਨ ਨੰਬਰ ਇਹ ਵੀ ਨੀ ਆਉਣਾ ਓਕੇ ਯਾਰ ਤੈਨੂੰ ਅਗਰ ਲੱਗੇ ਤੈਨੂੰ ਅਗਰ ਵਿੱਚ ਸ਼ੱਕ ਹੋਵੇ ਨਾ ਕਿ ਯਾਰ ਇਹ ਆ ਸਕਦਾ ਤੂੰ ਉਹ ਵੀ ਤੂੰ ਦੱਸ ਦੇ ਕਿ ਸਤਾਜੀ ਇਹਦੇ 'ਚ ਮੈਨੂੰ ਮਤਲਬ ਇਹ ਮੈਨੂੰ ਕੋਈ 40% 50% ਉਮੀਦ ਹੋ ਸਕਦਾ ਇਹ ਵਿਨ ਕਰੇ ਵਿਨ ਵਿਨ ਕਿਹੜਾ ਕਰੇਗਾ ਡਿਜ਼ਾਈਨ ਇਹ ਵੀ ਨਹੀਂ ਆਉਣਾ ਉਸਤਾਦ ਜੀ ਚਾਰ ਨੰਬਰ ਮੇਰੇ ਹਿਸਾਬ ਨਾਲ ਇਹ ਆਉਣਾ ਉਸਤਾਦ ਨਹੀਂ ਇਹ ਵੀ ਆਉਣਾ ਤੁਹਾਡੇ ਹਿਸਾਬ ਨਾਲ ਪੰਜ ਨੰਬਰ ਸਿੰਪਲ ਬਹੁਤ ਸਾਦਾ ਉਸਤਾਦ ਜੀ ਨਹੀਂ ਇਹ ਵੀ ਨਹੀਂ ਆਉਣਾ ਉਸਤਾਦ ਜੀ ਨਹੀਂ ਆਉਣਾ ਉਸਤਾਦ ਜੀ ਮੈਂ ਪੰਜ ਨੰਬਰ ਸੱਤ ਨੰਬਰ ਵੀ ਫਾਰਕ ਜਿਹੜਾ ਫੈਸਲ ਰਾਮੇ ਕਹਿ ਦੇਵੇ ਬਾਬਾ ਜੀ ਜੋ ਜੋ ਬੱਤੀਆਂ ਦੰਦਾਂ ਚੋਂ ਕੱਢ ਦੇਵੇ ਕਹਿ ਠੀਕ ਕਹਿ ਹੱਥ ਚ ਵੀ ਰਹਿ ਸਕਦੀ ਸੀ ਲੋਕਾਂ ਨੇ ਕਹਿਣਾ ਕੈਂਚੀ ਦਾ ਮਜ਼ਾਕ ਨਾ ਕਰਿਆ ਕਰੋ ਉਸਤਾਦ ਜੀ ਬੇਸਿਕ ਨਾ ਕਹਿ ਠੀਕ ਆ ਮਿੱਠੇ ਨੇ ਤੇ ਮੈਂ ਫੈਸਲ ਕਹਿ ਠੀਕ ਆ ਮਿੱਠੇ ਨੇ ਤੇ ਮੈਂ ਫੈਸਲ ਉਸਤਾਦ ਜੀ ਕਸਮ ਫੈਸਲ ਕਹਿ ਦੇ ਠੀਕ ਆ ਉਸਤਾਦ ਜੀ ਮਿੱਠੇ ਨੇ ਤੇ ਮੈਂ ਡਿਸਾਈਡ ਹੀ ਆ ਕੀਤੀ ਹੈ ਕਹਿ ਉਸਤਾਦ ਜੀ ਇਹ ਤੋਂ ਅੱਛਾ ਸਹੀ ਹੈ ਇਹ ਤੋਂ ਅੱਛਾ ਬਿਲਕੁਲ ਹੈ ਸਹੀ ਉਸਤਾਦ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਇਹਦੀ ਗੱਲ ਮੰਨਣੀ ਹੈ ਜੋ ਇਹ ਕਹੇਗਾ ਮੈਂ ਉਹ ਕਰਨਾ ਜੋ ਫੈਸਲ ਕਹਿ ਦੇਗਾ ਉਸਤਾਦ ਜੀ ਮੈਂ ਤੇ ਮਿੱਠੇ ਨੇ ਫਾਈਨਲ ਹੀ ਆ ਕੀਤਾ ਉਸਤਾਦ ਜੀ ਬਲੈਕ ਬਹੁਤ ਅੱਛਾ ਹੈ ਦਿਸ ਇਜ਼ ਮਾਈ ਫੇਵਰਿਟ ਕਲਰਸ ਐਂਡ ਐਬਸੋਲੂਟਲੀ ਜਦੋਂ ਕੀਤਾ ਤੂੰ ਦੂਜਾ ਵਿੱਚ ਕੋਈ ਆਪਸ਼ਨ ਦਿੱਤਾ ਅੱਛਾ ਚੱਲ ਇਹ ਤੇ ਸ਼ੁਕਲ ਹੋ ਗਿਆ ਚੱਲ ਛੱਡ ਇਹ ਤੇ ਮਜ਼ਾਕ ਹੋ ਗਿਆ ਇਹਨਾਂ ਦੋਵਾਂ ਚੋਂ ਦੱਸ ਕਿਹੜਾ ਇਹਨਾਂ ਦੋਵਾਂ ਚੋਂ ਦੱਸ ਐ ਪਹਿਲੇ ਕਿਉਂ ਗਿਆ ਐ ਪਹਿਲੇ ਕਿਉਂ ਗਿਆ ਪਹਿਲੇ ਤੂੰ ਤੇ ਮਿੱਠੇ ਨੇ ਸਿਲੈਕਟ ਹੀ ਕੀਤਾ ਹੁਣ ਕਿਉਂ ਮੁਨਾਫਕ ਹੁਣ ਕਿਉਂ ਫਿਰ ਗਿਆ ਉਸਤਾਦ ਜੀ ਹੁਣ ਕਿਉਂ ਆਪਣੇ ਸ਼ੈਂਪੂ ਤੋਂ ਫਿਰ ਗਿਆ ਦੱਸ ਮਿੱਠੇ ਦਾ ਵੀ ਤਾਂ ਮੰਨਣਾ ਲੇਕਿਨ ਉਹ ਫਾਇਦਾ ਵੀ ਤੇ ਆਇਆ ਨਾ ਉਹਦੇ ਚ ਰਹਿਤਾ ਤੈਨੂੰ ਇੱਕ ਮਿੰਟ ਅੱਖਾਂ ਬੰਦ ਕਰ ਕਰ ਫੈਸਲ ਨਹੀਂ ਮੈਂ ਕੱਟਦਾ ਨਹੀਂ ਯਾਰ ਤੈਨੂੰ ਮੇਰੇ ਤੇ ਯਕੀਨ ਨਹੀਂ ਫੈਸਲ ਮੈਂ ਕੱਟ ਸਕਦਾ ਭਲਾ ਦੱਸ ਕੱਟ ਸਕਦਾ ਮੈਂ ਨਹੀਂ ਉਸਤਾਦ ਜੀ ਮੈਂ ਕਦੀ ਜ਼ਿੰਦਗੀ ਚ ਸੋਚੀ ਵੀ ਨਾ ਇੱਕ ਮਿੰਟ ਠਹਿਰ ਜਾ ਜ਼ਬਰਦਸਤ ਫੈਸਲ ਬਹੁਤ ਅੱਛੇ ਪਾਲ ਕੇ ਰੱਖ ਦਿੱਤੀ ਗੱਡੀ ਤੇਰੀ ਇਹਦੇ ਜਿੱਥੋਂ ਮੈਂ ਚਾਹਵਾਂ ਮੈਨੂੰ ਆਪਣੇ ਵਾਲ ਕੱਟ ਲੈਣ ਜਿੰਨੇ ਚਾਹਵਾਂ ਉਹਦੇ ਬਦਲਿਆ ਗੱਡੀ ਤੇਰੀ ਉਸਤਾਦ ਜੀ ਤੁਸੀਂ ਗੱਡੀ ਰਹਿਣ ਦਿਓ ਵਾਲ ਕੱਟ ਲਓ ਉਸਤਾਦ ਜੀ ਓਕੇ ਲੈ ਇਹ ਕਿਹੜੀ ਗੱਲ ਹੋਈ ਬਰਾਦਰੀ ਜੀ ਨਾ ਕਰੀ ਰਹਿਣ ਅੱਛਾ ਇੱਕ ਮਿੰਟ ਠਹਿਰ ਹਿੱਲੀ ਨਾ ਹਿੱਲੀ ਨਾ ਹੁਣ ਫੈਸਲ ਮੈਂ ਤੈਨੂੰ ਦੱਸਦਾ ਹਿੱਲੀ ਨਾ
ਪਤਾ ਕੀ ਗੱਲ ਆ ਪਤਾ ਨਹੀਂ ਉਸਤਾਦ ਜੀ ਤੁਹਾਨੂੰ ਮੈਨੂੰ ਪਤਾ ਹੋਵੇ ਕਿ ਮਹੀਨੇ ਚ ਇੱਕ ਅੱਧੀ ਵਾਰੀ ਕੁਛ ਹੁੰਦਾ ਆ ਤੁਹਾਨੂੰ ਇੰਜ ਮੈਂ ਉਹਨੂੰ ਕਹਿਣ ਡਿਆ ਇੱਕ ਅੱਧੀ ਵਾਰੀ ਹੋਣਾ ਜ਼ਰੂਰ ਤੁਹਾਨੂੰ ਕੀ ਮਿਲਿਆ ਕੁਛ ਮਿਲਿਆ ਉਸਤਾਦ ਜੀ ਨਾ ਕਸਮ ਵਾਲੀ ਗੱਲ ਜੇ ਬੜਨ ਯਕੀਨ ਕਰੋ ਨਾ ਉਸਤਾਦ ਜੀ ਓਕੇ ਮੈਂ ਵੈਸੇ ਯਾਰ ਇੰਨਾ ਹੀ ਰੱਖਿਆ ਨਾ ਇੱਕ ਮਿੰਟ ਆ ਜਾ ਏਦਾਂ ਗਵਾਚ ਜਾਂਦਾ ਹੁੰਦਾ ਵਾ ਆ ਜੇਬ ਚ ਰੱਖ ਲਿਆ ਇਹ ਅਕਸਰ ਇੱਦਾਂ ਗੁਆਚ ਜਾਂਦੇ ਬਟਨ ਪਤਾ ਤੈਨੂੰ ਬਟਨ ਜੇਬ ਚ ਰੱਖੀਦਾ ਹੁੰਦਾ ਹਮੇਸ਼ਾ ਇੱਥੋਂ ਕੋਈ ਲਾ ਲਵੇ ਫੇਰ ਇਹਦੇ ਨਾਲ ਨੂੰ ਪਾ ਹੀ ਲੈਂਦੇ ਮੇਰੇ ਕੋਲ ਮੰਗਣ ਡੇ ਸੀ ਇਹ ਛੱਡ ਕੇ ਥੇ ਮੈਂ ਨਹੀਂ ਦਿੱਤੀ ਹਿੱਲੇ ਨਾ ਫਾਇਦਾ ਜੇ ਤੂੰ ਹਿੱਲਿਆ ਨਾ ਤੇਰੇ ਕੈਂਚੀ ਵਜਣੀ ਵਾਹ ਜੀ ਵਾਹ ਕੀ ਬਾਤ ਉਸਤਾਦ ਜੀ ਨਾ ਕਰਨਾ ਉਸਤਾਦ ਜੀ ਥੱਲੋਂ ਨੈਣ ਉਹ ਵੀ ਕੱਟੀ ਜਾਣੀ ਜੇ ਕੀ ਇਹਦੇ ਨਾਲ ਕੀ ਹੋ ਜਾਣਾ ਤੂੰ ਸਿਰਫ ਫੜੀ ਜਾ ਪਤਾ ਕਿ ਮੈਂ ਤੈਨੂੰ ਇੱਕ ਡਿਜ਼ਾਈਨ ਬਣਾ ਕੇ ਦਿੰਦਾ ਸਿਰਫ ਤੂੰ ਫੜੀ ਜਾਣਾ ਉੱਠ ਕੇ ਖਲੋਟ ਕੇ ਗੁੱਸੇ ਜ਼ੋਰ ਦੀ ਵੱਜ ਗਿਆ ਮੇਰਾ ਜ਼ੋਰ ਦੀ ਵੱਜਿਆ ਉਸਤਾਦ ਜੀ ਮੈਂ ਇੱਕ ਵਾਰੀ ਮਾਰ ਲਾਂ ਆ ਕੀ ਵੱਡਾ ਮੇਰੇ ਦੰਦ ਤੇ ਦੰਦ ਮੇਰੀ ਜ਼ੁਬਾਨ ਦੇ ਵਿੱਚ ਦੰਦ ਆ ਗਏ ਮੇਰੀ ਜ਼ੁਬਾਨ ਚ ਹੁਣ ਤੂੰ ਹਿੱਲੇਗਾ ਤੇਰਾ ਕੈਂਚੀ ਹਿੱਲੇਗਾ ਤੇਰਾ ਕੈਂਚੀ ਵਜਣੀ ਫਸਲ ਦੰਦ ਕੱਟੇ ਗਏ ਮੇਰੇ ਖੂਨ ਨਿਕਲਿਆ ਫਸਲ ਉਹ ਉਸਤਾਦ ਜੀ ਨਾਮ ਇੱਥੇ ਕੋਈ ਲੋਹੇ ਦੀ ਸ਼ਾਇਦ ਫੜਾ ਲੋਹੇ ਦੀ ਨਹੀਂ ਹੈਗੀ ਲੇਕਿਨ ਲੋਹੇ ਵਰਗੀ ਫੜਾਵਾਂ ਆ ਦੇ ਮੋਟ ਨਹੀਂ ਤੁਸੀਂ ਲੜਨਾ ਉਸਤਾਦ ਜੀ ਮੈਨੂੰ ਨਹੀਂ ਤੂੰ ਨਾ ਲੜ ਮੈਨੂੰ ਡਿਜ਼ਾਈਨ ਬਣਾ ਲੈਂਦੇ ਨਹੀਂ ਮੈਂ ਨਹੀਂ ਡਿਜ਼ਾਈਨ ਬਣਾਉਣ ਦੇਣਾ ਨਹੀਂ ਬਣਾਉਣ ਦੇਣਾ ਮੈਨੂੰ ਡਿਜ਼ਾਈਨ ਬਣਾ ਲੈਂਦੇ ਨਹੀਂ ਬਣਾਉਣ ਦੇਣਾ ਉਸਤਾਦ ਜੀ ਡਿਜ਼ਾਈਨ ਬਣਾਉਣ ਦੇ ਫੈਸਲੇ ਕਿਵੇਂ ਠਹਿਰ ਜਾ ਯਾਰ ਡਿਜ਼ਾਈਨ ਬਣਾ ਲੈਂਦੇ ਫੈਸਲ ਲਓ ਜੀ ਫੈਸਲ ਸਾਹਿਬ ਗੱਲ ਇਹ ਆ ਤੁਸੀਂ ਇੱਥੋਂ ਬਾਹਰ ਨਿਕਲਣਾ ਜਿੱਥੇ ਅਸੀਂ ਰੋਟੀ ਖਾਣ ਜਾਣੀ ਹੈ ਤੁਸੀਂ ਉੱਥੇ ਇੱਦਾਂ ਹੀ ਜਾਣਾ ਤੁਹਾਨੂੰ ਜੋ ਨਾਮ ਕੋ ਦੇਣਾ ਅਸੀਂ ਰਸਤੇ ਸ਼ੂਟ ਕਰਦੇ ਹਾਂ ਤੂੰ ਪਾਗਲ ਬਣ ਜਾਣਾ ਇੱਥੇ ਲਾ ਲਾ ਹਾਚੇ ਟ ਫੜ ਲਾ ਪ੍ਰੈਂਕ ਕਰਦੇ ਹਾਂ ਪ੍ਰੈਂਕ ਲੈ ਤੇ ਜੇ ਕਿਸੇ ਨੇ ਫੜ ਲਿਆ ਮੈਨੂੰ ਨਹੀਂ ਅਸੀਂ ਨਾਲ ਹੋਵਾਂਗੇ ਨਾ ਚਲੋ ਪ੍ਰੈਂਕ ਕਰਦੇ ਹਾਂ ਆਇਓ ਠੀਕ ਆ ਤੂੰ ਇੱਥੇ ਨਾ ਉਹ ਲਾ ਲਾ ਖੂਨ ਜਿਹਾ ਸਾਰਾ ਤੇ ਨਾ ਉਹਨੂੰ ਕਰਦੇ ਹਾਂ ਜਿਹੜਾ ਆਵੇ ਨਾ ਇੱਟ ਫੜ ਕੇ ਇੰਜ ਤੂੰ ਕਰਨਾ ਓਕੇ ਕਰ ਠੀਕ ਹੈ ਨਾ ਚਲੋ ਆਓ ਜੀ ਪ੍ਰੈਂਕ ਕਰਦੇ ਉੱਠੋ ਜੀ
ਸ਼ੈਲਟ ਵੀ ਮੈਨੂੰ ਦੇ ਦਿਓ ਨਾ ਕੋਈ ਫਿਲਹਾਲ ਸ਼ੈਲਟ ਤਾਂ ਦਿੱਤੀ ਦੇ ਆ ਉਹ ਤਾਂ ਪਾੜ ਦਿੱਤੀ ਤੁਸੀਂ ਨਵੀਂ ਦਿਓ ਮੈਨੂੰ ਜਿਹੜਾ ਪਾੜੇ ਉਹੀ ਕੁੰਡਾ ਖੋਲੇ ਕਰਦੇ ਇੱਥੇ ਨਹੀਂ ਹੈ ਐਨ ਐ ਮੈਨੂੰ ਗਿਫਟ ਹੋਈ ਸੀ ਪਤਾ ਕੀ ਕਿਸੇ ਦਾ ਗਿਫਟ ਜਿਹੜਾ ਨਾ ਆ ਲੈ मैं लगती हलो आ मेरी नवी शर्ट आ यकीन है भी नहीं मैं पानी ओके मोके आ बस आ तू भी दे दियो एक कल पाड़ लेना हैसन साहब कोई ऐ शर्ट तुहाडे नाप दी है ठीक है जी और तुसी शर्ट दा स्टाफ चेक करो और भाई जाना हाले तक एदे आ दे तुसी ओ नहीं लथा ते तुसी एदा स्टाफ चेक ओए आ शो शो आस नहीं पाड़ी मैं इहनू कहा सी जिद्दर शर्ट पा के आवे मैनू दसना अल्लाह माफी देवे बस कर दे बस कर दे भट्टो दी फुटेज वेखो ना भट्टो साहब दी तकरीर उहदे पिछे खलोता नूं आ पा के ਬੜਾ ਇੰਜਨ ਕਰਾ ਜੀਓ ਪਰ ਜੀਓ ਪਰ ਪਤਾ ਕਿੰਨੀ ਪੁਰਾਣੀ ਸ਼ਰਟ ਹੈ ਮੈਂ ਉਹੀ ਤੇ ਦੱਸ ਰਿਹਾ ਤੇ ਮੈਂ ਕੀ ਕਹਿ ਰਿਹਾ ਤੈਨੂੰ ਤੇ ਸਟੱਫ ਤੇ ਚੈੱਕ ਕਰੋ ਅੱਜ ਵੀ ਉਂਝ ਦੀ ਉਂਝ ਹੈ ਐ ਵੇ ਐ ਨਵੀਂ ਸ਼ਰਟ ਬਿਲਕੁਲ ਆਹ ਇਹ ਐ ਲੋ ਐ ਫੈਸਲ ਸਾਹਿਬ ਤੁਸੀਂ ਜਦੋਂ ਐ ਨਾਲ ਲੈ ਕੇ ਚੱਲਦੇ ਆ ਉੱਥੇ ਰੋਟੀ ਖਾ ਕੇ ਤੇ ਤੁਹਾਨੂੰ ਮੈਂ ਐ ਸ਼ਰਟ ਆਪਣੇ ਹੱਥੀ ਉੱਤੇ ਪਵਾਉਂਗਾ ਔਰ ਤੁਸੀਂ ਯਾਦ ਕਰੋਗੇ ਓਕੇ ਠੀਕ ਹੈ ਲੇਕਿਨ ਐ ਪਹਿਲੇ ਆਈਟਮ ਤੁਸੀਂ ਕਰਨੀ ਹੈ ਓਕੇ ਹੱਥ ਚੋਂ ਫੜ ਕੇ ਨਾ ਉਹ ਟਿੱਟ ਠੀਕ ਤੇ ਮੂੰਹ ਤੇ ਲਾ ਲਾ ਕੋਈ ਚੀਜ਼ ਜਰਾ ਗੈਟਅਪ ਕਰਨਾ फैसल साहब तुहानूं रोटी खवाती तुहाडा गिला फर्क हो गया नादरन गल ये एक मिनट पहले उधर दस लैंदे मैनूं शौक ही नहीं करनी इहदे नाल शर्त लगी सी कि उह जिहड़ी इहदे मैं शर्ट शुर्ट पाड़ी सी ना उहदे नाल इहने बाहर जाके प्रैंक करना यानी लोकां नूं कोई इट्टां मार के डराउणा जी लेकिन उह मैं कहा कि नहीं यार उह मसला नहीं सही ते क्योंकि एक वारी असीं एक प्रैंक करन दी गलती कीती सी इहनां नूं जिन्न जे बण गए ते इक बाबा साडे पेटे पैण लगा सी इकदम ही गया है रोड पिछे पिछो गड्डी वजे यार साडा फॉर्मेट नहीं है प्रैंक नहीं ते ओ मिठा ते फरीद मेरे नाल नहीं नहीं फिर भी होर हिसाब दा साडा उस्ताद जी मैं कोई अल्लाह माफी तुसी पैसे खवा नहीं दित्ती तुसी पैसे दी गल ना खवांदे अग्गे नहीं खवाई कदे मालक साहब ने रोटी खवाई सा असि मैं दस्या ना केड़ी वीडियो दस्या मालक ना पिछली वीडियो जी कल ये अपलोड हो कल ही जड़ी कीती सी आपा बैठ के सारे ने नहीं कीती ओ दफ्तर ओ एड़ी फहद मुस्तफा ने हां ओदे आ मालक साहब ने मालक ओ मैं तू वीडियो देखी तेनू फिर पता लगू मैं की दस्या सी ऐ वैसे ठीक है इधर मेरे हल करो तेरा कैमरा वैसे ठीक है जवान जाना तेरा शेप वधिया थोड़ा जिहा इस तों लग रहा वैसे ओके पप्पू बच्चा ਉਸਤਾਦ ਜੀ ਤੁਸੀਂ ਫਿਰ ਗਏ ਉਹ ਗੱਲ ਤੋਂ ਮੈਂ ਤੇ ਮਲਕ ਇਕੱਠੇ ਸੀ ਗਾਣਾ ਸਿੱਖਣ ਜਾਂਦੇ ਹੁੰਦੇ ਸੀ ਉਸਤਾਦ ਮਸਕੀਨ ਸਾਹਿਬ ਉਸਤਾਦ ਜੀ ਵੈਸੇ ਤੁਸੀਂ ਦੱਸਿਆ ਫੈਕਟਰੀ ਦਾ ਮਾਲਕ ਵੀ ਮਾਸ਼ਾਅੱਲਾ ਫੈਕਟਰੀ ਦਾ ਮਾਲਕ ਅਸੀਂ ਕੋਈ ਏਡੀ ਵੱਡੀ ਉਹਦੀ ਹਵਾਲਾ ਨਹੀਂ ਉਹਦਾ ਇਹ ਹਵਾਲਾ ਬੜਾ ਹੈ ਕਿ ਮੇਰਾ ਯਾਰ ਆ ਉਸਤਾਦ ਜੀ ਇਹ ਹਵਾਲਾ ਇਸ ਤੋਂ ਵੱਡਾ ਹਵਾਲਾ ਹੈ ਕਿ ਫੈਕਟਰੀ ਦਾ ਮਾਲਕ ਤੇ ਹਾਰਮੋਨੀਅਮ ਵੀ ਵਜਾ ਲੈਂਦਾ ਹੈ ਹਾਏ ਲੱਗ ਫੈਕਟਰੀ ਦੇ ਮਾਲਕ ਦੀ ਜਿਹੜੀ ਗੱਲ ਵਜਾ ਲੈਂਦਾ ਸੀ ਹਾਏ ਨਹੀਂ ਨਹੀਂ ਉਹ ਪਾਇਨ ਇੱਕ ਸ਼ੌਕ ਹੁੰਦਾ ਇੱਕ ਦੌਰ ਹੁੰਦਾ ਇੱਕ ਟਾਈਮ ਹੁੰਦਾ फैशन फूशन का नहीं मेरे को सारा माशाल्लाह सर लैदर दियां पैंटां पईयां शर्टां पईयां आहो मैनूं शौक नहीं है लैदर दियां नहीं बेटा ओह नादर दियां ने उहनूं देख के आ
ਨਹੀਂ ਉਸਤਾਦ ਜੀ ਪੈਸੇ ਲੈ ਓਏ ਫਰੀ ਤੇਰੇ ਮੈਂ ਗਸ਼ੈਬ ਹੋਣੀ ਤੇਰੇ ਮੈਂ ਗਸ਼ੈਬ ਹੋਣੀ ਉਰੇ ਆ ਅਸੀਂ ਇੱਥੇ ਹੀ ਬੈਠੀਏ ਉਰੇ ਦੇ ਆ ਲਓ ਜੀ ਨਾਜ਼ਰੀਨ ਸਹੀ ਦੱਸੀ ਆਪਣੀ ਜ਼ਿੰਦਗੀ 'ਚ ਕਦੀ ਤੂੰ ਐਡਾ ਵੱਡਾ ਗੈਸ ਦਾ ਮੀਟਰ ਦੇਖੀ ਉਸਤਾਦ ਜੀ ਭਈਆ ਭਈਆ ਦੇਖ ਤੂੰ ਸਹੀ ਆ ਫੈਸਲਾਬਾਦ ਦੇ ਲੋਕਾਂ ਨੂੰ ਜਿੰਨੀ ਗੈਸ ਹੁੰਦੀ ਨਾ ਸਾਰੀ ਇੱਥੋਂ ਜਾਂਦੀ ਇੱਕ ਮਿੰਟ ਉਸਤਾਦ ਜੀ ਇੱਕ ਮਿੰਟ ਦੋ ਦਿਨ ਹੋ ਕੇ ਗੈਸ ਬੜੀ ਹੋਈ ਉਹ ਇੱਥੋਂ ਆ ਕੇ ਠੀਕ ਕਰਾਉਂਦਾ ਜੀ ਨਹੀਂ ਬਿੱਲ ਯਾਰ ਆਖਰ ਕੰਮ ਕਰ ਬਿੱਲ ਕਿੰਨਾ ਖਾਂਦਾ ਸਾਢੇ ਤਿੰਨ ਲੱਖ ਆ ਤੇ ਆ ਸਕਦਾ ਇਹਦਾ ਬਿੱਲ ਨਹੀਂ ਹੁੰਦਾ ਇਹਦੇ ਅੰਦਰੋਂ ਬੰਦਾ ਨਿਕਲ ਕੇ ਆਉਂਦਾ ਲੱਖ ਰੁਪਏ ਹੋ ਗਿਆ ਬਈ ਮੈਂ ਤੁਹਾਨੂੰ ਦੱਸਦਾ ਨਾਜ਼ਰੀਨ ਇਹ ਸਾਡੇ ਇੱਕ ਬਜ਼ੁਰਗ ਬੜੇ ਪਿਆਰ ਵਾਲੇ ਜੀ ਅਸੀਂ ਨਿੱਕੇ ਨਿੱਕੇ ਜਦੋਂ ਹੁੰਦੇ ਸੀ ਨਾ ਉਦੋਂ ਪਹਿਲੇ ਸਾਡੇ ਜਿਹੜੇ ਵਾਲਦ ਸਾਹਿਬ ਜਾਂ ਚਾਚਾ ਜੀ ਕਈ ਹੈਗੇ ਨੇ ਕਈ ਵਿਚਾਰੇ ਗੁਜ਼ਰ ਗਏ ਨੇ ਉਹ ਇੱਥੋਂ ਖਾਣਾ ਖਾਂਦੇ ਸੀ ਇਹ ਮਸ਼ਹੂਰੇ ਜ਼ਮਾਨਾ ਫਰਜ਼ੰਦ ਹੋਟਲ ਗੁਲਾਮ ਅਹਿਮਦਾਬਾਦ ਉਸ ਤੋਂ ਬਾਅਦ ਉਹ ਅੱਲਾ ਨੂੰ ਪਿਆਰੇ ਹੋ ਗਏ ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ ਉਹਨਾਂ ਦੇ ਫਰਜ਼ੰਦ ਇਹ ਚਲਾ ਰਹੇ ਨੇ ਸਾਰਾ ਹੋਟਲ ਔਰ ਉਹ ਹੀ ਟੇਸਟ ਮਾਸ਼ਾਅੱਲਾ ਔਰ ਮਲਕ ਨੇ ਜਦੋਂ ਸਾਨੂੰ ਰੋਟੀ ਖਵਾਈ ਮੈਂ ਇੱਧਰ ਬਕਵਾਸ ਕਰਨ ਆ ਕੈਮਰਾ ਇੱਧਰ ਲਈ ਕੇ ਆ ਜਦੋਂ ਮੈਂ ਪੌਜ਼ ਲਵਾਂ ਤਾਂ ਉਦੋਂ ਉਹਨੂੰ ਲੈ ਜੀ ਉਹ ਨੱਸ ਚੱਲੇ ਕਿਤੇ ਬਾਅਦ ਦਿਖਾ ਲਈ ਉਹਨਾਂ ਅਤੇ ਰੋਟੀ ਅਸੀਂ ਇੱਥੋਂ ਖਾਈ ਦੀ ਆ ਜਦੋਂ ਮਲਕ ਦੇ ਪੱਲਿਓ ਖਾਣੀ ਹੋਵੇ ਪੱਲਿਓ ਜਦੋਂ ਅਸੀਂ ਖਾਣੀ ਹੋਵੇ ਉਦੋਂ ਅਸੀਂ ਕਿਤੋਂ ਹੋਰ ਖਾਈ ਦੀ ਅਤੇ ਇਹ ਜਨਾਬ ਸਾਡਾ ਅਤੇ ਇਹ ਉਹਨਾਂ ਦੇ ਬੇਟੇ ਨੇ ਮਾਈਕ ਨਹੀਂ ਲੱਗਾ ਇਹਨਾਂ ਨੂੰ ਮਾਈਕ ਨਹੀਂ ਲੱਗਾ ਇਸ ਤੋਂ ਬਾਅਦ ਵੈਸੇ ਹੱਥ ਲਾ ਦਿਓ ਇੰਜਨ ਕਰ ਦਿਓ ਇਹ ਅੱਛਾ ਕਈ ਹੋਟਲ ਹੁੰਦੇ ਨਾ ਬੰਦਾ ਇਸ ਤੋਂ ਮਸ਼ਹੂਰੀ ਦਿੰਦਾ ਕਿ ਯਾਰ ਗਾਹ ਕੌਣ ਇਹਨਾਂ ਦਾ ਹੋਟਲ ਚੱਲੇ ਕਿ ਵੀ ਇੱਥੇ ਚੱਕਰ ਨਹੀਂ ਇਹ ਅੱਗੇ ਅੱਲਾ ਦਾ ਸ਼ੁਕਰ ਆ ਵੀ ਮੈਂ ਵੀਡੀਓ ਬਣਾਵਾਂ ਨਾ ਬਣਾਵਾਂ ਕੋਈ ਭਾਰ ਨਹੀਂ ਲੇਕਿਨ ਮੈਂ ਆਪਣੀ ਖੁਸ਼ੀ ਨਾਲ ਬਣਾ ਰਿਹਾ ਤੁਹਾਡੇ ਘਰ ਦਾ ਗੈਸ ਜਦੋਂ ਬਿੱਲ ਜ਼ਿਆਦਾ ਆਵੇ ਨਾ ਤੁਸੀਂ ਆ ਕੇ ਇਹਦੇ ਚਰਨਾਂ 'ਚ ਕੋਈ ਭੇਂਟ ਦੇ ਕੇ ਜਾਣੀ ਹੈ ਬੱਕਰਾ ਦੇ ਕੇ ਜਾਣਾ ਇਹ ਤੋਂ ਵੀ ਅੱਛਾ ਹੱਲ ਹੈ ਮੇਰਾ ਬਿੱਲ ਜਦੋਂ ਬਹੁਤਾ ਆਵੇ ਮੈਂ ਤੁਹਾਡੇ ਕੋਲ ਆਉਣਾ ਮਿੰਟ 'ਚ ਫੋਰ ਬਾਜ ਬਿੱਲ ਚਲੋ ਯਾਰ ਓਕੇ ਓਕੇ ਕੰਮ ਕਰਨ ਦੇ ਦੁਕਾਨਦਾਰੀ ਉਹਨਾਂ ਦੀ ਯਾਰ ਚਲੋ ਚਾਹ ਪੀਓ ਉਸਤਾਦ ਜੀ ਇਹਦਾ ਬਿੱਲ ਆਮ ਬਿੱਲ ਨਹੀਂ ਹੁੰਦਾ ਐਡਾ ਉਹ ਨਹੀਂ ਹੁੰਦਾ ਇਹਦਾ ਬਿੱਲ ਬੈਨਰ 'ਤੇ ਆਉਂਦਾ ਵੱਡਾ ਬੈਨਰ ਨਹੀਂ ਹੁੰਦਾ ਡੇਢ ਗਜ਼ ਵਰਦਾ ਅਤੇ ਪੰਜ ਗਜ਼ ਲੰਮਾ ਉਹ ਦੋ ਜਣੇ ਨਾ ਦੋ ਜਣੇ ਇੰਜ ਫੜ ਕੇ ਲਿਆਉਂਦੇ ਬਿੱਲ ਗਲੀ 'ਚ ਵੜਦੇ ਸਾਰੀ ਗਲੀ ਉਹ ਬਿੱਲ ਆ ਗਿਆ ਉਹਨਾਂ ਦਾ ਬਿੱਲ ਆ ਗਿਆ ਇਹਦਾ ਉਸਤਾਦ ਜੀ ਬਿੱਲ ਲਾਉਣ ਵਾਸਤੇ ਇੱਕੋ ਬੰਦਾ ਰੱਖਿਆ ਉਹ ਮਹੀਨੇ ਸਿਰਫ ਇਹਦਾ ਹੀ ਇੱਕ ਬਿੱਲ ਲਾਉਂਦਾ ਬਸ ਇਹ ਵੀ ਨਹੀਂ ਕਹਿ ਸਕਦੇ ਯਾਰ ਅਸੀਂ ਬਿੱਲ ਨਹੀਂ ਤਾਰਿਆ ਸਾਡਾ ਮੀਟਰ ਲਾ ਕੇ ਲੈ ਗਏ ਇਹ ਲੱਤਰਾਂ ਹੀ ਨਹੀਂ ਜਦੋਂ ਇਹਦੀ ਰੀਡਿੰਗ ਕਰਨ ਆਉਂਦੇ ਹੋ ਇਹਨਾਂ ਨੇ ਜ਼ਿਆਦਾ ਕਹਿਣਾ ਅਸੀਂ ਬਿੱਲ ਨਹੀਂ ਤਾਰਿਆ ਸਾਡੇ ਮੀਟਰ 'ਤੇ ਗਾਰਡ ਖਿਲਾਰ ਗਏ ਨਹੀਂ ਇਹ ਵੀ ਤਾਂ ਮੀਟਰ ਛੋਟੇ ਮੀਟਰ ਨੂੰ ਕਹਿੰਦਾ ਹੋਣਾ ਕਮੀ ਉਹ ਸਾਡੇ ਮੂੰਹ ਨਾਲ ਲੱਗਣਾ ਨਹੀਂ ਨਹੀਂ ਕਹਿੰਦਾ ਇਹਨੇ ਨਹੀਂ ਗੱਲ ਕਹਿੰਦਾ ਇਹਨੂੰ ਇਹ ਨਹੀਂ ਕਹਿੰਦੇ ਵੀ ਯਾਰ ਤੁਹਾਡਾ ਮੀਟਰ ਚੈੱਕ ਕਰਨਾ ਕਹਿੰਦੇ ਉਹ ਤੁਹਾਡੇ ਮੀਟਰ 'ਤੇ ਫਿਰਨਾ ਉੱਤੇ ਫਿਰ ਕੇ ਵੇਖਦੇ ਆ ਮੈਂ ਅੱਗੇ ਵੇਖਿਆ ਕਦੀ ਤੂੰ ਮਹਿੰਗੀ ਸ਼ਰਟ ਪਾੜ ਕੇ ਮੈਨੂੰ ਦੇਤੀ ਤੁਸੀਂ ਰੰਗ ਵਾਰਸਪੁਰੇ ਵਾਲਾ ਸ਼ਰਟ ਫੜ ਕੇ ਲਿਆ ਕੱਪੜਾ ਰਹਿਣ ਦੇ ਉਸਤਾਦ ਜੀ ਮੈਂ ਜੀ ਨਹੀਂ ਯਾਰ ਉਹ ਰਹਿਣ ਦੇ ਉਸਤਾਦ ਓਏ ਉਹ ਨਹੀਂ ਉਹ ਰਹਿਣ ਦੇ ਉਸਤਾਦ ਅੱਛਾ ਬੈ ਮੈਂ ਵੀ ਪਾੜ ਦੇਣੀ ਏਡੀ ਮੋਟੀ ਸ਼ਰਟ ਮਤਲਬ ਤੇਰੇ ਤੇ ਇੱਕ ਬੰਦਾ ਤੇਰੇ ਨਾਲ ਪਿਆਰ ਕਰਦਾ ਤੂੰ ਉਹਨੂੰ ਅੱਗੋਂ ਉਹਦੀ ਕੋਈ ਗੱਲ ਕਰਦਾ ਜੀ ਮੇਰੀ ਮਹਿੰਗੀ ਸ਼ਰਟ ਦੇ ਕੇ ਤੁਸੀਂ 5000 ਰੁਪਈਆ ਤੇ ਮੁਕਰ ਤੇ ਪਏ ਹੋ ਤੁਸੀਂ 5000 ਦੋ 5000 ਰੁਪਈਆ ਕਾਹਦਾ ਦਵਾਂ ਤੇ ਤੁਸੀਂ ਕਿਹਾ ਨਹੀਂ ਸੀਗਾ ਕਿ ਪ੍ਰੈਂਕ ਕਰਨਾ ਪ੍ਰੈਂਕ ਕਰਨਾ ਪ੍ਰੈਂਕ ਕਰਨਾ ਤੇ ਕਰ ਨਹੀਂ ਲਿਆ ਆ ਸ਼ੋਅ ਕਰ ਨਹੀਂ ਲਿਆ ਇੱਥੇ ਆਹੋ ਬਸ ਤੇ 5000 ਦਿਓ ਫਿਰ 40000 ਪਾ ਉਹ ਸ਼ਰਟ ਪਾ ਉਹ ਆਪਣਾ ਗੈਟਅਪ ਕਰ ਦੇਣਾ ਮੈਂ ਦਿੰਦਾ 5000 ਲੈ ਉਹ ਹੁਣ ਹੈ ਹੀ ਨਹੀਂ ਸਮਾਨ ਸਾਰਾ ਗੈਟਅਪ ਸਾਜੀ ਆ ਲੋ ਆ ਕੇ ਨਾ ਉਹ ਸ਼ਰਟ ਪਵਾ ਕੇ ਹੁਣ ਤੋੜ ਕੇ ਭੇਜੋ ਘਰ ਇਹ ਤੋੜ ਕੇ ਜਾਣ ਘਰ ਇਹ ਪ੍ਰੈਂਕ ਬਹੁਤ ਆ
ਮੇਰਾ ਵੀ ਕਟਾ ਕਰਨਾ ਕੀ ਕਹਿਣਗੇ ਅਸਗਰ ਭਾਏ ਨੇ 24 ਘੰਟੇ ਕੁੱਤੇ ਵਾਂਗੂ ਮਿਆਉਂ ਮਿਆਉਂ ਕਰਦਾ ਰਹਿਣਾ ਤੂੰ ਆ ਦਿਖਾ ਹਜ਼ੂਰ ਹਾਂ ਆ ਨਹੀਂ ਛੱਡਦੇ ਹਾਂ ਕੱਲ ਬੜਾ ਮਾੜਾ ਹੋਣ ਡਿਆ ਵਾ ਤੂੰ ਸੌਂ ਡਈ ਆ ਆ ਲਓ ਜੀ ਆ ਮਹਿੰਗੀ ਸ਼ਰਟ ਮੈਂ ਪਾੜ ਕੇ ਆ ਸਸਤੀ ਦੇਤੀ ਉਹਦੇ ਤੁਸੀਂ ਬ੍ਰਾਂਡ ਪੜੋ ਯਾਰ ਚੁੱਪ ਉਹ ਬਿੱਲੇ ਪੜੋ ਤੁਸੀਂ ਹੁਣ ਚੁੱਪ ਕਰੋ ਇੱਕ ਮਿੰਟ ਲਓ ਬਿੱਲੇ ਇਹ ਮਹਿੰਗੀ ਸ਼ਰਟ ਪਾਉਣ ਵਾਲੇ ਦੀ ਔਕਾਤ ਦੇਖੋ ਕਹਿੰਦਾ ਉੱਤੇ ਬਿੱਲੇ ਪੜੋ ਤੁਸੀਂ ਜਿਹਨੂੰ ਇਹ ਨਹੀਂ ਪਤਾ ਮੋਨੋ ਲੋਗੋ ਇਹ ਬਿੱਲੇ ਆਹੋ ਆ ਬਿੱਲੇ ਵਾਲੇ ਮਹਿੰਗੀ ਸ਼ਰਟ ਪਾ ਸਕਦਾ ਬਿੱਲੇ ਕੀ ਪੜੋ ਉੱਤੇ ਆ ਜਿਹੜਾ ਵੇ ਆ ਟ੍ਰੇਨ ਰੋਕਣ ਲਈ ਸੋਚੀ ਕਿ ਇਹੋ ਜਿਹਾ ਕੱਪੜਾ ਬੰਨਿਆ ਹੁੰਦਾ ਤੈਨੂੰ ਲਾਮਾ ਉਧਰ ਤੂੰ ਕੁੱਤੇ ਪੜ ਆ ਉੱਠ ਕੁਰਿਆ ਇਹ ਸ਼ਰਟ ਚੈੱਕ ਕਰਨਾ ਇਹ ਸ਼ਰਟ ਚੈੱਕ ਕਰੋ ਇਹ ਵੀ ਸ਼ਰਟ ਚੈੱਕ ਕਰਨਾ ਇਹ ਵੀ ਇਹ ਦੇਖੋ ਇਹਦੀ ਇਹਦੀ ਸਿਲਾਈ ਦੇਖੋ ਹੁਣ ਦੱਸੋ ਕਿ ਇਹ ਅੱਛੀ ਹੈ ਜਾਂ ਇਹ ਸ਼ਰਟ ਅੱਛੀ ਹੈ ਬਹੁਤ ਜ਼ਬਰਦਸਤ ਹੈ ਆ ਵੇਖਿਆ ਕੀ ਬਾਤ ਹੈ ਕੀ ਬਾਤ ਹੈ ਬਹੁਤ ਤੇਰੀ ਅਸਮਤ ਨੂੰ ਸਲਾਮ ਇਸ ਸਲਾਮ ਕੀ ਅੱਛੀ ਹੈ ਹਾਲੀ ਹਾਲੀ ਨਾ ਉਸਤਾਦ ਜੀ ਕੀ ਬਾਤ ਹੈ ਯਾਰ ਪੁੱਛ ਲਾ ਕਸਮ ਹੈ ਯਾਰ ਗੁੱਡ ਯਾਰ ਕੀ ਕਹਦਾ ਕਹਦਾ ਲਵ ਯੂ ਉਹਨੇ ਇਹਦਾ ਕਿਹਾ ਪਹਿਲੇ अस्सलाम वालेकुम जी पाजी एक शर्ट आ एक ऐ शर्ट आ ਇਹਦੀ ਮੈਂ ਸ਼ਰਟ ਪਾੜਤੀ ਆ ਉਹਦੇ ਬਦਲੇ ਨੂੰ ਮੈਂ ਇਹ ਸ਼ਰਟ ਦੇਤੀ ਕਹਿੰਦਾ ਜੀ ਮੇਰੀ ਮਹਿੰਗੀ ਸ਼ਰਟ ਪਾ ਕੇ ਮੈਨੂੰ ਸਸਤੀ ਦੇਤੀ ਤੁਸੀਂ ਦੱਸਣਾ ਕਿ ਇਹ ਸ਼ਰਟ ਜ਼ਿਆਦਾ ਅੱਛੀ ਮਹਿੰਗੀ ਹੋਣੀ ਹੈ ਜਾਂ ਇਹ ਹੋਣੀ ਦੱਸੋ ਜੀ ਹਾਂ ਦੱਸੋ ਆਈਡੀਆ ਇਹ ਕਿਹਾ ਬਹੁਤ ਅੱਛੀ ਹੈ ਤੁਸੀਂ ਭਾਈ ਬਹੁਤ ਅੱਛੀ ਤੁਹਾਨੂੰ ਕਿਹਦੀ ਲੱਗ ਰਹੀ ਹੈ ਸੰਤ ਭਾਈ ਉਹਦੀ ਅੱਛੀ ਲੱਗ ਰਹੀ ਹੈ ਇਹਦੀ ਦੇਤੀ ਉਹ ਝੂਠੇ ਬੋਲ ਝੂਠ ਬੋਲਦੇ ਹੋ ਉਹ ਤੁਹਾਡੇ ਵਾਕਫ ਨੇ ਬਾਹਰੋਂ ਆ ਕੇ ਉਹਦੇ ਪੁੱਛੋ ਮੇਰੇ ਵਾਕਫ ਆ ਤੁਸੀਂ ਕੋਈ ਉਹ ਤਾਂ ਟੀਵੀ ਤੇ ਵਾਕਫ ਆ ਭਾਈ ਉਹ ਤਾਂ ਕਦੀ ਮੇਰੀ ਕਿਸੇ ਤੁਹਾਨੂੰ ਸਲਾਮ ਦਾ ਸਲਾਮ ਦੁਆਰ ਉਹ ਤਾਂ ਮੈਨੂੰ ਦੇਖਿਆ ਹੁਣ ਸਾਰਿਆਂ ਨੇ ਦੇਖਿਆ ਮੈਨੂੰ ਤੈਨੂੰ ਆਪਣੇ ਮੰਨ ਜਾ ਤੂੰ ਆਪਣਾ ਵੀ ਪਰ ਲੱਗਦਾ ਛੱਡ ਸਹੀ ਆ ਹਾਂ ਜੀ ਹੈ ਉਹ ਤੇ ਉਧਰ ਜੇ ਤਖਤ ਪੋਛ ਸਾਫ ਕਰੀਦਾ ਆਹ ਦੇਖੋ ਆ ਦੇਖ ਲੈ ਤਾ ਹਾਂ ਕਿਧਰ ਆਇਆ ਤੇਰਾ ਤਖਤ ਪੋਛ ਸਾਫ ਕਰੀ ਭਾਈ ਇਹ ਜਦੋਂ ਆਜ ਮਾਚਲ ਪਾਈ ਦੇ ਕਿੰਨਾ ਸੋਹਣਾ ਲੱਗਦਾ ਦੁਨੀਆ 'ਚ ਜਦੋਂ ਪਹਿਲੀ ਵਾਰ ਲੂਮ ਲੱਗੀ ਸੀ ਨਾ ਲੂਮ ਉਦੋਂ ਉਹਨਾਂ ਨੇ ਆ ਤਜਰਬਾ ਕੀਤਾ ਸੀ ਬਹੁਤ ਜੀ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਇਹ ਸ਼ਲਡਰ ਨਾਲ ਸੋਹਣਾ ਲੱਗਦਾ ਤੇ ਇਹਦੇ ਨਾਲ ਮੈਂ ਮਾੜਾ ਲੱਗਦਾ ਹੋਵਾਂਗਾ ਹੋ ਪਾ ਕੇ ਮਾੜਾ ਹੀ ਲੱਗਣਾ ਓਏ ਉਹਨਾਂ ਨੇ ਜਦ ਦਿੱਤੀ ਪਾੜਨ ਉਹ ਮਾੜਾ ਹੀ ਲੱਗਣਾ ਪਾ ਕੇ ਤੂੰ ਐ ਸਿਰ ਸ਼ਰਟ ਦੀ ਵਜ੍ਹਾ ਤੋਂ ਚੰਗਾ ਲੱਗ ਰਿਹਾ ਨਹੀਂ ਤੇ ਤੂੰ ਮਾੜਾ ਹੀ ਆ ਮਾੜਾ ਹੈ ਤਾਂ ਮਾੜਾ ਸਹੀ ਫਨਕਾਰ ਜੋ ਹੈ ਚਲਾ ਜੋ ਜੀ ਲਾ ਜੋ ਰਾਜਾ ਸਹੀ ਆ ਹੱਥ ਹੱਥ ਭਰਾਲਾ ਹੱਥ ਐ ਹੱਥ ਫੇਰ ਦਿਓ ਜੀ ਇਹਨੂੰ ਮਾਸ਼ਾਅੱਲਾ ਪਾਣੀ ਵੀ ਦੇਖ ਲਾ ਲੈ ਦੇਖ ਲਾ ਆਹ ਲੈ ਲਾ ਵਾ ਭਾਈ ਫੈਸਲ ਹੁਣ ਫੈਸਲ ਹੋ ਗਿਆ ਜੋ ਸਾਨੂੰ ਬਿਸਤਰਾ ਕਰਾ ਤੇਰੀ ਮਿਹਰਬਾਨੀ ਆ ਜਾਓ ਬੇਹਰਮਤੀ ਤਾਂ ਨਾ ਕਰੋ ਉਸਤਾਦ ਜੀ ਬੇਹਰਮਤੀ ਤਾਂ ਨਾ ਕਰੋ ਆ ਕਿਹੜੀ ਸ਼ਰਟ ਸਹੀ ਆ ਆ ਬੰਦਾ ਕੱਪੜੇ ਦਾ ਵਪਾਰੀ ਹੈ ਨਾ ਦਿਖਾਓ ਨਹੀਂ ਨਹੀਂ ਇਹ ਅਗਰ ਸ਼ਰਟ ਹੈ ਇਹ ਜ਼ਿਆਦਾ ਮਹਿੰਗੀ ਸ਼ਰਟ ਆ ਜਾਂ ਇਹ ਮਹਿੰਗੀ ਸ਼ਰਟ ਆ ਇਹ ਸਿਰਫ ਇਹਦੀ ਸਿਲਾਈ ਚੈੱਕ ਕਰ ਲੈਣਾ ਹਾਂਜੀ ਸਿਲਾਈ ਦਾ ਮਿਆਰ ਚੈੱਕ ਕਰ ਲੈਣਾ ਇਕੱਲਾ ਕੱਪੜਾ ਨਹੀਂ ਦੇਖਣਾ ਤੇ ਸ਼ਰਟ ਦੇਖ ਲਓ ਆ ਚਲੋ ਜੀ ਭਾਣ ਹੋਰਾ ਜੀ ਲੋਗੋ ਦੇਖੋ ਵਿੱਚ ਭਾਣ ਹੋਰੀ ਕਹਿ ਦੇਣ ਕਿਹੜੀ ਸਹੀ ਹੈ ਭਾਣ ਹੋਰੀ ਮੈਨੂੰ ਕੋਈ ਸਮਝਦਾਰ ਲੱਗਦੇ ਉਸਤਾਦ ਜੀ ਇਧਰ ਆ ਕੇ ਪੁੱਛ ਭਾਣ ਨੂੰ चौ जने ने पाइया कीमा मंगाया ओदी की गल मैं मननी है ਵੇ ਤਾਂ ਸਹੀ ਉਹ ਐਡੀ ਵੱਡੀ ਰੋਟੀ ਦੇ ਵਿੱਚ ਇੰਨਾ ਕਿ ਕੀਮਾ ਲਾ ਕੇ ਬਸ ਚ ਜਾਈ ਜਾ ਰਿਆ ਨੂੰ ਇਹ ਹਾਲਾਤ ਸੁਣਾ ਰੋਟੀ ਖਾਈ ਜਾ ਆ ਵੇ ਤਾਂ ਸਹੀ ਓਏ ਹੋਰ ਮੰਗਾ ਲਓ ਮੈਂ ਦੇ ਦੂੰਗਾ ਪੈਸੇ ਓਏ ਪੈਸੇ ਪਾ ਕੁੜੀ ਮੰਗਾਈ ਆ ਆਏ ਮਿੱਠੇ ਕਹਿੰਦਾ ਪੈਸੇ ਪਾ ਕੇ ਕੁੜੀ ਮੰਗਾਈ ਆ ਉਹ ਬੇਟਾ ਬੇਟਾ ਉਹਦੇ ਅੱਗੇ ਦੇਖ ਸ਼ੇਵ ਆ ਪੈਸੇ ਬੈਠੇ ਵੀ ਪੈਸੇ ਨਿਕਲ ਹੀ ਰੋਟੀ ਖਾਂਦੇ ਅੱਛਾ ਯਾਰ ਇੱਥੋਂ ਵੈਸੇ ਇੰਜ ਹੀ ਲੱਗਦਾ ਕਸਮ चाचे ताए बाहर ने साडे अंदर
ਪਿੱਛੋਂ ਹੀ ਮਮਾ ਲਈ ਅੱਗੋਂ ਪ੍ਰਭੂ ਦੇਵਾ ਵਿਚਾਰਾ ਕਿੱਥੇ ਕੈਮਰਾ ਚਲੋ ਜੀ ਆ ਜਾਓ ਬਸ ਨੀਲੀ ਸ਼ਰਟ ਹੁੰਦੀ ਅਖੀਰ ਦੌਲਤ ਹੀ ਜਿੱਤਦੀ ਉਸਤਾਦ ਜੀ ਗਰੀਬ ਹਰ ਜਾਂਦਾ ਦੌਲਤ ਜਿੱਤ ਜਾਂਦੀ ਹਾਂਜੀ ਹਾਂਜੀ ਗਰੀਬ ਹਰ ਜਾਂਦਾ ਤੇ ਦੌਲਤ ਜਿੱਤ ਜਾਂਦੀ ਲਓ ਜੀ ਇਹ ਵੀਡੀਓ ਸਪੈਸ਼ਲ ਜਿਹੜੇ ਮੇਰੇ ਇੰਡੀਅਨ ਸਰਦਾਰ ਭਰਾ ਪੰਜਾਬੀ ਨੇ ਨਾ ਉਹਨਾਂ ਵਾਸਤੇ ਬਣਾ ਰਿਹਾ ਸਪੈਸ਼ਲ ਕਿਉਂਕਿ ਇੱਕ ਤਾਂ ਫੈਸਲਾਬਾਦ ਦੀ ਬੋਲੀ ਜਲੰਧਰ ਨਾਲ ਬੜੀ ਮਿਲਦੀ ਆ ਉੱਪਰੋਂ ਫੈਸਲਾਬਾਦ ਦੇ ਅੰਦਰ ਜਿਹੜਾ ਗੁਲਾਮਾਬਾਦ ਹੈ ਨਾ ਉਹ ਤਾਂ ਬਿਲਕੁਲ ਹੀ ਇੰਡੀਆ ਪੰਜਾਬ ਵਰਗੀ ਬੋਲੀ ਆ ਇਹਦਾ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਲਓ ਜੀ ਇੱਕ ਮਿੰਟ ਦੇਖਣਾ ਤੇਰਾ ਬੋਲੀ ਨਾਂ ਕੀ ਤੇਰਾ ਬਾਬਰ ਕੀ ਕੰਮ ਕਰਦਾ ਤੂੰ ਮੈਂ ਰੰਗਾਈ ਦਾ ਕੀ ਰੰਗ ਦਾ ਤੰਬੂ ਰੰਗ ਦਾ ਤੁਸੀਂ ਚੈੱਕ ਕਰਨਾ ਕੀ ਰੰਗ ਦਾ ਤੰਬੂ ਹਾਂਜੀ ਤੇ ਤੰਬੂ ਚੋਂ ਰੰਗ ਮਾੜਾ ਜਿਹਾ ਬਚਿਆ ਨੀ ਕਦੀ ਬਚਿਆ ਮੇਰਾ ਰੰਗ ਹੀ ਬੰਨੇ ਆ ਮੇਰਾ ਰੰਗ ਹੀ ਬੰਨੇ ਆ ਦੋਸਤ ਆ ਹਾਂਜੀ ਪਤਾ ਨਹੀਂ ਹੋਰ ਕੋਈ ਨੀ ਹੱਸਿਆ ਕੱਲਾ ਦੋਸਤ ਹੱਸ ਰਿਹਾ ਅੱਛਾ ਕੋਈ ਕਰੀਮ ਕਦੀ ਅਸਰ ਕਰਦੀ ਹੀ ਨੀਗੀ ਬੜੀਆਂ ਬੜੀਆਂ ਅੱਛੀਆਂ ਆਈਆਂ ਕਰੀਮਾਂ ਅਸਰ ਕਰਦੀ ਨੀ 800-900 ਰੁਪਏ ਦੀ ਵੀ ਇੱਕ ਆਈ ਡੀਕੋ ਪੇਂਟ ਵੀ ਕਰਾ ਲਈਏ ਤਾਂ ਵੀ ਨੀ ਅਸਰ ਹੋਣਾ ਉਹ ਡੀਕੋ ਪੇਂਟ ਵੀ ਕਰਾ ਲਈਏ ਤਾਂ ਵੀ ਨੀ ਅਸਰ ਹੋਣਾ ਡੀਕੋ ਰੋਡ ਵੀਰੇ ਸਾਡੇ ਇੱਥੇ ਡੀਕੋ ਪੇਂਟ ਰੰਗ ਆ ਇੱਕ ਬੜਾ ਅੱਛਾ ਹੈ ਅੱਛਾ ਤੇਰੇ ਬਾਕੀ ਭੈਣ ਮਤਲਬ ਸਾਰੇ ਰੰਗ ਇੱਦਾਂ ਹੀ ਆ ਨਹੀਂ 18-15 ਦਾ ਫਰਕ ਆ ਦੰਦ ਵੇਖ ਆਪਣੇ ਸਹੀ ਆ ਦੰਦ ਆਪ ਹੀ ਏਦਾਂ ਦੇ ਰੱਖੇ ਆ ਅੱਛਾ ਇੱਥੇ ਬਾਟੀ ਛੋਟੇ ਗੋਸ਼ਤ ਦੀ ਬਾਟੀ ਵਿਕਦੀ ਆ ਤੂੰ ਤੇ ਇਹਦੇ 100 ਕਿਲੋਮੀਟਰ ਕਿਡਰ ਨੀ ਨਜ਼ਰ ਆਉਣਾ ਚਾਹੀਦਾ ਤੂੰ ਪੰਜਾਬ ਵਾਲਾ ਨੀ ਜਿਹੜਾ ਇਕੱਠਾ ਜੈਨੂਇਨ ਜਿਹੜੀ ਪੰਜਾਬੀ ਆ ਨਾ ਉਹ ਹੀ ਇਹ ਬੋਲਦੇ ਆ ਉਹ ਇੱਕ ਹੀ ਨਾਂ ਕੀ ਤੇਰਾ ਬਾਬਰ ਇਹ ਸ਼ਰਟ ਜਿਹੜੀ ਭਾਈ ਲਾ ਲੈਣੇ ਤੈਨੂੰ ਲੱਗਦਾ ਕਿ ਮਾੜੀ ਸ਼ਰਟ ਆ ਜਾਂ ਕੋਈ ਸਸਤੀ ਸ਼ਰਟ ਆ ਲੱਗਦਾ ਜਾਂ ਤੈਨੂੰ ਸਹੀ ਸ਼ਰਟ ਬਿਲਕੁਲ ਮਾੜੀ ਹੈ ਕਿਤੋਂ ਵੀ ਨੀ ਅੱਛੀ ਲੱਗਦੀ ਬਸ ਪਾਈ ਸੀ ਲੇਕਿਨ ਇਹ ਤੂੰ ਲੈ ਲਾ ਇਹਨੂੰ ਤੂੰ ਸਿਰਫ ਨਾ ਇਹਦੇ ਇੰਨੀ ਇੱਕ ਜਗ੍ਹਾ ਤੇ ਨਾ ਦੇਖ ਮੈਂ ਦਿੰਦਾ ਮਰੇ ਤੂੰ ਉਹਦੀ ਡਿਜ਼ਾਈਨ ਚ ਬਾਹ ਪਾਤੀ ਸ਼ਹਿਰ ਇਧਰ ਕਹਿੰਦਾ ਢੁੱਡੀ ਵਾਲੇ ਦਾ ਜੈਸੂਰੀ ਲੱਗ ਰਿਹਾ ਸਬਰ ਤਾਂ ਕਰ ਧੌਣ ਤਾਂ ਢਿੱਲੀ ਛੱਡ ਥੋੜੀ ਪ੍ਰੇਸ਼ਨ ਕਰਨ ਦੇ ਯਾਰ ਥੋੜੀ ਭਰਾਵਾ ਗੱਲ ਇਹ ਹੈ ਆਪਾਂ ਜਿਹੜਾ ਸ਼ੁਗਰ ਮੇਲਾ ਕਰ ਰਹੇ ਨਾ ਇਹਦੇ ਨਾਲ ਲੋਕੀ ਹੱਸ ਰਹੇ ਆ ਠੀਕ ਆ 2 ਮਿੰਟ ਲੋਕੀ ਖੁਸ਼ ਹੋ ਜਾਣਗੇ ਤੇਰਾ ਕੀ ਜਾਣਾ ਠੀਕ ਆ ਨਹੀਂ ਯਾਰ ਬਾਬਰ ਸ਼ਹਿਜ਼ਾਦਾ ਆਦਮੀ ਆ ਫੈਸਲਾਬਾਦ ਦੀ ਨਾ ਮੈਂ ਹੋਰ ਵੀ ਸਾਰੇ ਸ਼ਹਿਰਾਂ 'ਚ ਬੜੇ ਸ਼ੋਅ ਕੀਤੇ ਨੇ ਦੁਬਈ ਤੱਕ ਸ਼ੋਅ ਕੀਤੇ ਨੇ ਜਿਹੜਾ ਰਿਸਪੋਂਸ ਫੈਸਲਾਬਾਦ ਦੀ ਆਡੀਅੰਸ ਦਿੰਦੀ ਨਾ ਜਿੱਦਾਂ ਦੀ ਮਰਜ਼ੀ ਗੱਲ ਕਰ ਲਓ ਥੋੜ੍ਹਾ ਜਿਹਾ ਮਤਲਬ ਨਹੀਂ ਵੀ ਤੁਸੀਂ ਉਹਨੂੰ ਜਾਣਦੇ ਕੋਈ ਜੁਗਤ ਮਾਰ ਲਓ ਅੱਗੋਂ ਗੁੱਸਾ ਨਹੀਂ ਕਰਨਾ ਕਿ ਰਿਸਪੋਂਸ ਦਿੰਦੇ ਪੂਰਾ ਯਕੀਨ ਕਰ ਫਿਰ ਸਾਡਾ ਡੱਡੂ ਹੁੰਦਾ ਦੇਖਣਾ ਨੂੰ ਕੀ ਹੋਇਆ ਕੁਛ ਵੀ ਨਹੀਂ ਹੋਇਆ ਹੋਣਾ ਕੀ ਉਹ ਬੰਦ ਹੋ ਗਿਆ ਖੈਰ ਆ ਨਹੀਂ ਨਹੀਂ ਬੰਦ ਮੈਂ ਕਹਿ ਰਿਹਾ ਮੈਂ ਗੱਲ ਸੁਣ ਮੈਂ ਸਾਰੇ ਪੂਰੇ ਮੁਲਕਾਂ 'ਚ ਵੀ ਸ਼ੋਅ ਕੀਤਾ ਪਾਕਿਸਤਾਨ ਵੀ ਕੀਤਾ
ਪਰ ਮੈਂ ਦੱਸ ਰਿਹਾ ਕਿ ਜਿੱਦਾਂ ਦੀ ਆਡੀਅੰਸ ਮਜ਼ੇਦਾਰ ਫੈਸਲਾ ਭਾਤੀ ਹੈ ਨਾ ਪਿਆਰ ਕਰਨ ਵਾਲੀ ਅੱਗੋਂ ਰਿਸਪੌਂਸ ਦੇਣ ਵਾਲੀ ਮੇਰਾ ਸ਼ੋ ਵੇਖ ਕੇ ਜਿਹੜੇ ਬਾਕੀ ਲਾਹੌਰ ਲਾਹੌਰ ਦੇ ਸਾਰੇ ਐਂਕਰ ਨੇ ਨਾ ਉਹ ਫੈਸਲਾ ਬਾਦ ਆ ਕੇ ਸ਼ੋ ਕਰਦੇ ਯਾਰ ਏਡੀ ਮਜ਼ੇਦਾਰ ਆਡੀਅੰਸ ਇੱਥੇ ਆ ਦੇਖੋ ਆਡੀਅੰਸ ਮਤਲਬ 50,000 ਵਾਰੀ ਰੋਕਿਆ ਨਾ ਵੀਡੀਓ ਬਣਾਉਣਾ ਹੀ ਹਟ ਰਹੇ ਏਡੀ ਅੱਛੀ ਆਡੀਅੰਸ ਬਹੁਤ ਪਿਆਰੀ ਇੱਕ ਮਿੰਟ 'ਚ ਗੱਲ ਨਹੀਂ ਮੰਨਦੀ ਕਸਮ ਔਰ ਤੁਸੀਂ ਅੱਧੀ ਜ਼ਬਾਨ ਕੋਈ ਗੱਲ ਕਰਦੇ ਉਸੇ ਟਾਈਮ ਕਹਿਣਗੇ ਸਰ ਨਹੀਂ ਇਹ ਨਹੀਂ ਮੰਨੀ ਜਾਣੀ ਕੀ ਗੱਲ ਬੰਦ ਹੋ ਗਿਆ ਖੈਰ बहाने असा रात सारी टाली चन्ना कदो आवेगा चन्ना कदो आवेगा सवेर होने वाली करके बहाने असा रात सारी टाली तेरे तेरे अबे नु मल्लेदार कहंदे ने भी करके बहाने तेरा अब्बा कहंदा करके बहाने असा औलाद कैसी पाल ली जा बेटा काम कर हांडी जब काम नहीं कर हांडी साडी खाली है करके बहाने असा औलाद कैसी पाल ली जी नादरीन इसके साथ अच्छा मेरी गल सुन एक मिनट लो जी थोड़ा थोड़ा साइड तो ना पैन इधर कैमरा गल सुन ओए नैश रावल ऑपरेशन थिएटर है ध्यान ना ऑपरेशन थिएटर हां ऐ ता सीधा कर ओए ऑपरेशन थिएटर चढ़ी हुंदा खैर इथे लो उधर देख तू आ एक एंकर सड़दा बलदा मैं एक बदल बेपरवाह इधर देख तू एक एंकर आ टीवी दा तेनु प्रोग्राम मिलया के भी तू प्रो तू इथे दसना अस्सलाम वालेकुम नाज़रीन नसी इस टाइम उर्दू च हम इस वक्त हैं गुलामाबाद के इलाका में और मैं आपको आज गुलामाबाद दिखाऊंगा लोगों से मिलवाऊं इधर जरा अस्सलाम वालेकुम शुरू अस्सलाम वालेकुम ऊंची थोड़ा ऊंची अस्सलाम वालेकुम ये हमारे भाई ये फैसलाबाद के आए हैं चाली भाई आए हैं ये हमारे चैनी भाई आए हैं हम आपको गुलामाबाद की मशहूरी दिखाएंगे सब लोग दिखाएंगे आपको मिलाएंगे सब लोग हाँ जी आइए हमारे साथ चलो चल दोबारा करके कर के बहाने असा रात सारी ताली चन्ना का दो आवेगा चन्ना होने वाली करके बहाने असा रात सारी ताली अच्छा जो तो गाना गाई था ना लोग सीधा कहते भी कर के बहा तू कर कर के बहान सही है तू कर देना सही है है केड़ा रीगर रोड की रीगर रोड लो जी नादरीन बहुत शुक्रिया थैंक यू तू की काम की करदा वैसे शहर रंगाई दा दुपट्टे दा रंगाई दा तू रंग करदा दुपट्टे दा हां जी भाई कितना लाउना दरबार चल जी आजे फैंसी काम वाले एंटीयो लॉन वैरायटी शालर चमीजे मैक्सिकन आजे प्यारी बहना बात सुने क्या चाहिए यही शॉप है बहुत अच्छी वैरायटी है हमारे पास अच्छा शॉप तेन पता कि मरे तुम दुकान दाबड़े चो पा के रंग कर दे दूसरी शॉप जिथे साड़ी वगैरह विकली है फैसला पाया हर एक ने कहना यार बाबर गुड शहजादा बहुत अच्छा है मेहरबानी जी ठीक है मशहूर हो तू किन्ने पैसे महीने दे 50,000 रुपया कमा लेना नहीं जी 18,000 to 20,000 रुपया कमा लेना बड़े मुंह 18,000 to 20,000 रुपया कमा लेना घर किन्ने दिना ਕਾਰ 10-15,000 ਦੇਈਦਾ 4-5,000 ਰੱਖ ਲਈਦਾ ਉਹਦਾ ਤੂੰ ਕੀ ਕਰਦਾ ਪਾਨ ਖਾਨ ਇੱਕ ਪਾਨ 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 ਲਿਆ ਯਾਰ ਇਹਨੂੰ 500 ਰੁਪਇਆ ਦੇ ਮੇਰੇ ਭਰਾ ਨੂੰ ਦੇ ਮਲਕ ਪੈਸੇ ਦੇ ਟੁੰਡੇ ਲਾ ਲੋ ਜੀ ਤੈਨੂੰ ਮੈਂ ਮਲਕ ਕੋਲੋਂ 500 ਰੁਪਇਆ ਲੈ ਕੇ ਦੇਣਾ ਤੈਨੂੰ ਪਤਾ ਮਲਕ ਦਾ ਨਹੀਂ ਅੱਛਾ ਇਕੱਠੇ ਲੈਣ ਦੀ ਆਦਤ ਆ ਜਾਂ ਇਕੱਲੇ ਇਕੱਲੇ ਆਂ ਜੀ 100-100 ਦੇ ਇਹਨੂੰ ਬੋਲੇ ਲੱਗਣ ਕਹਿੰਦਾ 100-100 ਦੇ ਇਹਨੂੰ ਬੋਲੇ ਲੱਗਣ ਕਿੱਦਾਂ ਦੇਖਣ ਦੇ चल पाला कोई गल नहीं
ਚਲ 520 ਹੋ ਗਏ ਹੁਣ ਆ ਗੋਲਡ ਦੀ ਤਸਵੀਰ ਨਹੀਂ ਹੁੰਦੀ ਜਿਹੜੀ ਐਵੇਂ ਯਾਰਾਂ ਦੋਸਤਾਂ ਨੂੰ ਕਹੀਏ ਮੇਰੇ ਦਾਦਾ ਦੀ ਤਸਵੀਰ ਆ ਵੇਖੇ ਟੈਂਪੋ ਟੈਂਪੋ ਦਣੀ ਉਹ ਆਵਾਜ਼ ਕਰੀ ਐਂਡ ਤੇ ਲਾ ਕੇ ਜਰਾ ਉੱਚੀ ਬਾਤ ਉੱਚੀ ਬਾਤ ਚੇਅਰ ਲੋ ਜੀ ਇਹ ਚੇਅਰ ਬ੍ਰਾਂਡਡ ਕੁਰਸੀ ਹੈ ਜੀ ਆ ਜੇ ਫੈਂਸੀ ਕਾਮਲ ਐਂਟਿੰਗ ਲੌਨ ਵੈਰਾਈਟੀ ਸ਼ਾਲਟਸ ਮੀਜ਼ੇ ਮੈਕਸ ਵਗੈਰਾ ਆਸੀ ਕਿਆ ਚਾਹੀਏ ਬਹੁਤ ਅੱਛੀ ਵੈਰਾਈਟੀ ਹੈ ਹਮਾਰੇ ਪਾਸ ਆ ਜੀ ਆਪੀ ਕਿਆ ਚਾਹੀਏ थैंक यू शुक्रिया।